ਹੁਣ ਅਸੀਂ ਇਤਿਹਾਸ ਦੀ ਲੜੀ ਨੂੰ ਪੌਂਟਾ ਸਾਹਿਬ ਵੱਲ ਲੈ ਕੇ ਚੱਲਦੇ ਹਾਂ ਕਿ ਗੁਰੂ ਸਾਹਿਬ ਨੇ ਜਿਹੜਾ ਪੌਂਟਾ ਸਾਹਿਬ ਵੀ ਉੱਥੇ ਜਾ ਕੇ ਡੇਰਾ ਲਾਇਆ, ਪੌਂਟਾ ਸਾਹਿਬ ਦਾ ਕੀ ਇਤਿਹਾਸ ਆ? ਦੇਖੋ, ਉਸ ਵਕਤ ਗੁਰੂ ਸਾਹਿਬ ਜੀ ਨੇ ਜਦੋਂ ਕਿਹਾ ਕਿ ਵੀ ਹੁਣ ਸਿੱਖਾਂ ਨੂੰ ਵੀ ਇੱਕ ਦਿੱਖ ਦੇਣੀ ਆ ਕਿ ਵੀ ਸਿੱਖ ਦੂਰੋਂ ਪਛਾਣੇ ਜਾਵੇ, ਅਤੇ ਕਿਉਂਕਿ ਦਸਵੰਧ ਦਾ ਜਿਹੜਾ ਰਿਵਾਜ਼ ਚੱਲ ਰਿਹਾ ਸੀਗਾ ਪਹਿਲਾਂ ਤੋਂ, ਗੁਰੂ ਸਾਹਿਬ ਨੇ ਕਿਹਾ ਸੰਗਤਾਂ ਨੂੰ ਵੀ ਸਾਨੂੰ ਤੁਸੀਂ ਦਸਵੰਧ ਦੀ ਬਜਾਏ ਨਾ ਚੰਗੇ ਘੋੜੇ ਚੰਗੇ ਹਥਿਆਰ ਲੈ ਕੇ ਦੇਵੋ, ਇਹ ਚਾਹੀਦੇ ਆ। ਹਾਂਜੀ, ਅਤੇ ਉਦੋਂ ਫਿਰ ਗੁਰੂ ਸਾਹਿਬ ਕੋਲ ਕਾਫੀ ਚੰਗੀ ਚੰਗੀਆਂ ਤਲਵਾਰਾਂ ਅਤੇ ਹੋਰ ਚੰਗੇ ਹਥਿਆਰ, ਚੰਗੀਆਂ ਤੀਰ ਕਮਾਣਾਂ ਜੀ, ਅਤੇ ਇੱਕ ਇੱਕ ਕਾਬਲ ਤੋਂ ਇੱਕ ਪਰਿਵਾਰ ਨੇ ਉਹਨਾਂ ਨੂੰ ਇੱਕ ਚਾਂਦਨੀ, ਪਸ਼ਮੀਨੇ ਦੀ ਚਾਂਦਨੀ ਜੀ, ਕਹਿੰਦੇ 2.5 ਲੱਖ ਰੁਪਈਆ ਉਹਨਾਂ ਦਿਨਾਂ ਦੀ ਉਸ ਸਮੇਂ। ਹਾਂਜੀ, ਜੇ ਹੁਣ ਤੱਕ ਉਹਨਾਂ ਦੀ ਹੋੜੀ ਹੋਏਗੀ। ਅਤੇ ਆਸਾਮ ਦੇ ਰਾਜੇ ਨੇ ਪ੍ਰਸਾਦੀ ਹਾਥੀ ਜੀ, ਉਹ ਪ੍ਰਸਾਦੀ ਹਾਥੀ ਦਾ ਬੜਾ ਜ਼ਿਕਰ ਆਉਂਦਾ ਜੀ। ਪ੍ਰਸਾਦੀ ਹਾਥੀ ਥੋੜ੍ਹੀ ਜਿਹੀ ਇਹਨੂੰ ਅਸੀਂ ਕਿੱਦਾਂ ਐਕਸਪਲੇਨ ਕਰ ਸਕਦੇ ਕਿ ਉਹਨੂੰ ਪ੍ਰਸਾਦੀ ਹਾਥੀ ਕਿਉਂ ਕਹਿੰਦੇ ਸੀਗੇ? ਕਿਉਂਕਿ ਉਹ ਬੜੀ ਦੁਰਲਭ ਚੀਜ਼ ਆ ਕਹਿੰਦੇ। ਹਾਂਜੀ ਹਾਂਜੀ, ਕਿਉਂਕਿ ਮੋਸਟਲੀ ਕੀ ਆ ਕਿ ਇੰਨਾ ਕੀ ਲਿਖਿਆ ਹੁੰਦਾ ਕਿਤਾਬਾਂ 'ਚ, ਇਹਦੇ ਲਿਖਿਆ ਨੇ ਪ੍ਰਸਾਦੀ ਹੱਥ ਹੈ ਕਿ ਪ੍ਰਸਾਦੀ ਜੀ, ਮਤਲਬ ਕੀ ਹੈ ਇਹਦਾ? ਦੇਖੋ, ਇਹ ਇੱਕ ਬੜੇ ਛੋਟੇ ਕੱਦ ਹਾਥੀ ਸੀਗਾ ਔਰ ਬਹੁਤ ਹੀ ਸਿਆਣਾ ਹਾਥੀ ਸੀਗਾ, ਔਰ ਇਹਦੇ 'ਚ ਇੰਨੀ ਕੈਪੇਬਿਲਿਟੀ ਸੀਗੀ, ਇਹਦੀ ਸੁੰਡ ਨਾਲ ਸੰਗਤਾਂ ਨੂੰ ਪਾਣੀ ਦੀ ਸੇਵਾ ਕਰਦਾ ਸੀ ਜੀ, ਅਤੇ ਸੁੰਡ ਨਾਲ ਹੀ ਚੌਰ ਕਰ ਸਕਦਾ ਸੀਗਾ ਜੀ। ਅਤੇ ਜਦੋਂ ਗੁਰੂ ਸਾਹਿਬ ਤੀਰ ਕਮਾਨ ਦੀ ਰਿਹਰਸਲ ਕਰਦੇ, ਸਿੱਖਾਂ ਨੂੰ ਸਿਖਾਉਂਦੇ, ਤੀਰਅੰਦਾਜ਼ੀ ਕਰਦੇ, ਤਾਂ ਇਹ ਹਾਥੀ ਭੱਜ ਕੇ ਤੀਰ ਚੱਕ ਕੇ ਲਿਆ, ਤੀਰ ਚੁੱਕ ਕੇ ਵੀ ਲਿਆਉਂਦਾ ਸੀਗਾ। ਅਤੇ ਪ੍ਰਸਾਦੀ ਹਾਥੀ, ਡਾਕਟਰ ਸਾਹਿਬ, ਮੈਂ ਇਹ ਵੀ ਪੜ੍ਹਿਆ ਸੀਗਾ ਕਿ ਇਹਦੇ ਜਿਹੜੀ ਨਾ ਮੱਥੇ ਤੋਂ ਲੈ ਕੇ ਪੂਛ ਤੱਕ ਪਿੱਛੇ ਇੱਕ ਚਿੱਟੀ ਧਾਰੀ ਵੀ ਜਾਂਦੀ ਸੀਗੀ। ਹਾਂਜੀ, ਬੜਾ ਸਪੈਸ਼ਲ ਛੋਟੇ ਸਪੈਸ਼ਲ ਸੀਗਾ ਅਤੇ ਬਹੁਤ ਸੋਹਣਾ ਹਾਥੀ ਸੀਗਾ। ਹਾਂਜੀ, ਮੱਥੇ ਦੇ ਉੱਤੇ ਇੱਕ ਨਾ ਛੋਟੀ ਟਿੱਕੀ ਸੀਗੀ, ਜਿੱਦਾਂ ਆਪਾਂ ਕਹਿੰਦੇ ਨਾ ਪ੍ਰਸ਼ਾਦਾ, ਪ੍ਰਸ਼ਾਦਾ ਵੱਡਾ ਹੁੰਦਾ, ਅਤੇ ਉਹ ਟਿੱਕੀ ਜਿਹੜੀ ਛੋਟੇ ਪ੍ਰਸ਼ਾਦੇ ਨੇ ਬੱਚਿਆਂ ਵਾਸਤੇ ਪ੍ਰਸ਼ਾਦੀਆਂ ਬਣਾ ਦਿੰਦੇ। ਹਾਂਜੀ ਹਾਂਜੀ, ਓਡੀ ਕਹਿੰਦੇ ਇਹਦੇ ਮੱਥੇ 'ਤੇ ਇੱਕ ਟਿੱਕੀ ਸੀਗੀ ਚਿੱਟੀ, ਤਾਂ ਕਰਕੇ ਉਹਦਾ ਨਾਮ ਗੁਰੂ ਸਾਹਿਬ ਨੇ ਪ੍ਰਸ਼ਾਦੀ। ਆਪ ਵੀ ਛੋਟੇ ਕੱਦ ਦਾ ਸੀਗਾ ਜੀ। ਹਾਂਜੀ ਹਾਂਜੀ, ਅਤੇ ਪ੍ਰਸ਼ਾਦੀ ਹੱਥੀਆਂ ਤੋਂ ਨਾ, ਪਰ ਦੁਰਲਭ ਸੀਗਾ ਜੀ। ਹਾਂ, ਮਤਲਬ ਬਹੁਤ ਹੀ ਸੋਹਣਾ ਔਰ ਸਿਆਣਾ ਸੀ। ਸਿਆਣਾ ਸੀਗਾ। ਅੱਛਾ ਅੱਛਾ, ਇਹ ਵੀ ਨਾਲ। ਹਾਂ, ਅਤੇ ਪਲੱਸ ਗੁਰੂ ਸਾਹਿਬ ਕੋਲ ਮਤਲਬ ਚੰਗੀ ਕਲਗੀ, ਸੋਹਣੀਆਂ ਪੁਸ਼ਾਕਾਂ, ਅਤੇ ਮਤਲਬ ਕਿ ਰਹਿਣ ਸਹਿਣ ਅਤੇ ਇੰਨਾ ਵਧੀਆ ਗੁਰੂ ਸਾਹਿਬ ਜੀ ਨੇ ਜਿਹੜਾ ਸ਼ਾਹੀ ਠਾਠ ਪਾਠ ਜਿਹਨੂੰ ਆਪਾਂ ਕਹਿ ਸਕਦੇ, ਬਹੁਤ ਵਧੀਆ ਗੁਰੂ ਸਾਹਿਬ ਕੋਲ ਮਤਲਬ ਫਿਰ 1682 ਦੇ ਵਿੱਚ ਰਣਜੀਤ ਨਗਾਰਾ ਤਿਆਰ ਕੀਤਾ ਇੱਕ। ਰਣਜੀਤ ਨਗਾਰਾ ਕਿਉਂਕਿ ਔਰੰਗਜ਼ੇਬ ਦਾ ਫਰਮਾਨ ਸੀਗਾ ਵੀ ਕੋਈ ਨਗਾਰਾ ਨਹੀਂ ਵਜਾ ਸਕਦਾ, ਕੋਈ ਘੋੜੇ 'ਤੇ ਨਹੀਂ ਚੜ੍ਹ ਸਕਦਾ ਤੋਂ ਬਿਨਾਂ। ਹਾਂਜੀ, ਕੋਈ ਘੋੜ ਸਵਾਰ ਨਹੀਂ ਸੀ ਕਰ ਸਕਦਾ ਜੀ, ਅਤੇ ਕੋਈ ਕਲਗੀ ਨਹੀਂ ਲੱਗ ਸਕਦਾ, ਅਤੇ ਗੁਰੂ ਸਾਹਿਬ ਸਭ ਕਰ ਰਹੇ ਸੀ, ਉਹ ਸਾਰਾ ਕੁਛ ਕਰ ਰਹੇ ਸੀ। ਮਤਲਬ ਇੱਕ ਨਾਲ ਇੱਕ ਪੈਰਲਰ ਸਟੇਟ ਦੇ ਨਾਲ, ਜਿੱਦਾਂ ਆਪਾਂ ਦੂਜਾ ਇੱਕ ਸਟੇਟ ਵਿਦਨ ਸਟੇਟ ਸਟੇਟ ਹੋ ਗਿਆ ਨਾ, ਅਤੇ ਉਹ ਕਹਿੰਦੀ ਇਹ ਤਾਂ ਸਾਡੀ ਆਪਦੀ ਪ੍ਰੋਪਰਟੀ, ਸਾਡੀ ਖਰੀਦੀ ਹੋਈ, ਸਾਡਾ ਆਪਦਾ ਘਰ ਆ, ਆਪਣੇ ਘਰ ਸਾਡੇ ਪੁਰਖਾਂ ਨੇ ਖਰੀਦਿਆ, ਕਿਉਂਕਿ 3 ਪਿੰਡ ਕਾਫੀ ਜਗ੍ਹਾ ਹੁੰਦੀ ਆ ਜੀ। ਔਰ ਇਹ ਜਿਹੜੀਆਂ ਗੁਰੂ ਸਾਹਿਬ ਦੀਆਂ ਜਿਹੜੀਆਂ ਹਰਕਤਾਂ ਸੀਗੀਆਂ ਨਾ, ਇੰਨੀਆਂ ਮਤਲਬ ਸੋਹਣੀਆਂ ਜਿਹੜੀਆਂ ਲੋਕਾਂ ਨੂੰ ਗੱਲ ਲਾਉਂਦੀਆਂ ਸੀਗੀਆਂ, ਅਤੇ ਜਦੋਂ ਪਹਿਲਾਂ ਗੱਲ ਕੀਤੀ ਅਤੇ ਜਿਹੜੇ ਪਹਾੜੀ ਰਾਜੇ ਸੀਗੇ ਉਹ 22 ਰਿਆਸਤਾਂ ਸੀਗੀਆਂ ਜੀ, 22 ਪਹਾੜੀਆਂ 'ਚ ਰਿਆਸਤਾਂ ਜੀ, ਕਾਫੀ ਵੱਡੀਆਂ ਹੈਗੀਆਂ ਸੀਗੀਆਂ। ਅਤੇ ਉਹਨਾਂ ਨੂੰ ਉਹਨਾਂ ਦੀ ਉਹੀ ਗੱਲ ਕਿ ਉਹਨਾਂ ਦੀ ਜਿਹੜੀ ਫੌਜ ਘੱਟ ਰਹੀ ਸੀਗੀ, ਕਿਉਂਕਿ ਸਾਰੇ ਇੱਧਰ ਆ ਰਹੇ ਸੀ, ਲੋਕ ਗੁਰੂ ਸਾਹਿਬ ਵੱਲ ਆ ਰਹੇ ਸੀਗੇ ਜੀ, ਅਤੇ ਫਿਰ ਉਹਨਾਂ ਦਾ ਚੜਾਵਾ ਘੱਟ ਰਿਹਾ ਸੀ ਮੰਦਰਾਂ 'ਚੋਂ, ਔਰ ਉਹਨਾਂ ਦੇ ਉਹਨਾਂ ਨੂੰ ਗੁਲਾਮ ਨਹੀਂ ਸੀ ਮਿਲ ਰਹੇ, ਲੋਕ ਉਹਨਾਂ ਨੂੰ ਜਿਹਨਾਂ 'ਤੇ ਗੁਲਾਮੀ ਕਰਨੀ ਸੀਗੀ ਜੀ, ਉਹਨਾਂ ਦੀ ਕਰਨੀ ਸੀ, ਅਤੇ ਜਾਗ੍ਰਿਤੀ ਆ ਰਹੀ, ਉਹਨੂੰ ਜਾਗ੍ਰਿਤੀ ਆ ਰਹੀ ਸੀ, ਜਾਗ੍ਰਿਤੀ ਆ ਰਹੀ। ਅਤੇ ਫਿਰ ਉੱਥੇ ਜਿਹੜਾ ਵੱਡਾ ਰਾਜ ਸੀਗਾ, 22 ਰਾਜਾ ਇੱਕ ਵੱਡਾ ਰਾਜ ਸੀਗਾ, ਰਾਜਾ ਭੀਮ ਚੰਦ ਜੀ, ਉਹ ਸਭ ਤੋਂ ਵੱਡੀ ਰਿਆਸਤ ਸੀਗੀ ਕਹਿਲੂਰ ਦਾ ਰਾਜਾ। ਅਤੇ ਔਰ ਉਹਨੂੰ ਸ਼ਿਕਾਇਤ ਕੀਤੀ ਵੀ ਤੁਸੀਂ ਗੁਰੂ ਸਾਹਿਬ ਨੂੰ ਮਿਲੋ ਜਾ ਕੇ ਜੀ, ਅਤੇ ਉਹ ਰਾਜਾ ਜਾਂਦਾ ਗੁਰੂ ਸਾਹਿਬ ਕੋਲ ਮਿਲਣ ਵੀ ਮੈਂ ਸਮਝਾ ਕੇ ਆਉਣਾ ਵੀ ਤੁਸੀਂ ਹਰਕਤ ਦਾ ਬੰਦ ਕਰ ਦਿਓ ਜੀ। ਅਤੇ ਉਹ ਦੇਖਿਆ ਜਦੋਂ ਗੁਰੂ ਸਾਹਿਬ ਨੂੰ ਮਿਲਣ ਜਾਂਦੇ ਨੇ, ਦੇਖਿਆ ਵੀ ਉੱਥੇ ਪ੍ਰਸ਼ਾਦੀ ਹਾਥੀ ਦੇਖਿਆ ਜੀ, ਇੱਦਾਂ ਆਪਣਾ ਚੰਦੋਆ ਦੇਖਿਆ ਪਸ਼ਮੀਨਾ ਦਾ, ਔਰ ਵੀ ਗੁਰੂ ਸਾਹਿਬ ਦੀ ਜਿਹੜੀ ਸ਼ਾਹੀ ਠਾਠ ਪਾਠ ਠਾਠ ਕਲਗੀ
ਅਤੇ ਵੀ ਫੌਜ ਦੇਖ ਕੇ ਅਤੇ ਉਹ ਹਥਿਆਰ ਦੇਖ ਕੇ ਅਤੇ ਉਹਦੇ ਮਨ 'ਚ ਛਲਕਾ ਟੁੱਟਿਆ ਵੀ ਕਿਉਂ ਨਾ ਉਹਦੇ ਮੁੰਡੇ ਦੀ ਮੈਰਿਜ ਹੋਣ ਵਾਲੀ ਸੀਗੀ ਭੀਮ ਚੰਦ ਵੀ ਇਹ ਸਾਰਾ ਕੁਛ ਮੇਰੇ ਕੋਲ ਹੋਣਾ ਚਾਹੀਦਾ ਹਾਂ ਉਹ ਕਹਿੰਦਾ ਮੈਂ ਗੁਰੂ ਸਾਹਿਬ ਨੂੰ ਕਹਿੰਦੇ ਕਿ ਵੀ ਮੇਰੇ ਬੇਟੀ ਦੀ ਮੈਰਿਜ ਹੈਗੀ ਮੈਨੂੰ ਤੁਸੀਂ ਇਹ ਸਭ ਕੁਝ ਮਤਲਬ ਉਧਾਰਾ ਦੇ ਦਿਓ ਮੈਂ ਸ਼ੋਅ ਆਫ ਕਰਨਾ ਹਾਂ ਅਤੇ ਗੁਰੂ ਸਾਹਿਬ ਕਹਿੰਦੇ ਦੇਖੋ ਮੈਂ ਨਹੀਂ ਦੇ ਸਕਦਾ ਕਿ ਇਹ ਸੰਗਤਾਂ ਦੀ ਭੇਟ ਆ ਜੀ ਸੰਗਤਾਂ ਦੀ ਪ੍ਰੋਪਰਟੀ ਆ ਅਸੀਂ ਨਹੀਂ ਦੇ ਸਕਦੇ ਅਤੇ ਉਹ ਨਾਰਾਜ਼ ਹੋ ਕੇ ਚਲਾ ਗਿਆ ਅਤੇ ਉਹ ਫਿਰ ਉਹਨੇ ਹੋਰ ਰਾਜ ਨੇ ਭੇਜਿਆ ਉੱਥੇ ਜੀ ਦੂਸਰੇ ਰਾਜ ਨੇ ਭੇਜਿਆ ਆਪਦੇ ਵੀ ਤੁਸੀਂ ਜਾ ਕੇ ਸਮਝਾਓ ਗੁਰੂ ਸਾਹਿਬ ਨੇ ਫਿਰ ਕਹਿੰਦੇ ਨਹੀਂ ਅਸੀਂ ਨਹੀਂ ਦੇ ਸਕਦੇ ਅਤੇ ਉਹ ਰਾਜਾ ਗੁਰੂ ਸਾਹਿਬ ਨੂੰ ਧਮਕੀ ਦੇ ਕੇ ਗਿਆ ਵੀ ਫਿਰ ਲੜਨ ਨੂੰ ਤਿਆਰ ਹੋ ਅੱਛਾ ਅਤੇ ਫਿਰ ਇਹ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਜੀ ਅਤੇ ਫਿਰ ਗੁਰੂ ਸਾਹਿਬ ਆਪਦੀ ਜਿਹੜੀ ਰਿਹਾਸਲ ਦਾ ਰੋਜ਼ ਕਰਦੇ ਸੀਗੇ ਅਤੇ ਨਗਾਰਾ ਵੱਜਦਾ ਸੀਗਾ ਸਿੱਖਾਂ 'ਚ ਡਿਸਿਪਲਿਨ ਕ੍ਰੀਏਟ ਕਰ ਰਹੇ ਸੀਗੇ ਅਤੇ ਸਿੱਖਾਂ ਦੇ ਵਿੱਚ ਜੋਸ਼ ਭਰ ਰਹੇ ਸੀਗੇ ਰੋਜ਼ ਉਹਨਾਂ ਦੀ ਰਿਹਾਸਲ ਕਰਾ ਰਹੇ ਸੀਗੇ ਜੰਗੀ ਅਭਿਆਸ ਕਰ ਰਹੇ ਸੀਗੇ ਜੰਗਲ 'ਚ ਖੇਡਾਂ ਕਰ ਰਹੇ ਸੀਗੇ ਅਤੇ ਸਾਰੀ ਤੀਰ ਅੰਦਾਜ਼ੀ ਤੋਂ ਲਾ ਕੇ ਮਤਲਬ ਪੂਰਾ ਉਹਨਾਂ ਨੂੰ ਤਿਆਰ ਕਰ ਰਹੇ ਸੀ ਹਰ ਪੱਖੋਂ ਅਤੇ ਉਹ ਚਾਰ ਰਾਜਿਆਂ ਨੇ ਸਲਾਹ ਕੀਤੀ ਇਕੱਠਿਆਂ ਨੇ ਜੀ ਅਤੇ ਔਰ ਇੱਕ ਰਾਜਾ ਜਿਹਦੀ ਭੀਮ ਚੰਦ ਨੇ ਜਿਹੜੇ ਰਾਜੇ ਦੀ ਕੁੜੀ ਵਿਆਹਣੀ ਸੀਗੀ ਉਹ ਸੀਗਾ ਦਿਆਲ ਚੰਦ ਅੱਛਾ ਉਹਨਾਂ ਸੋਚਿਆ ਵੀ ਲੜਾਈ ਤੋਂ ਬਾਅਦ ਹਮਲਾ ਕਰੀਏ ਵੀ ਦਿਆਲ ਚੰਦ ਵੀ ਨਾ ਰਲ ਜੂਗਾ ਆਪਣੇ ਜੀ ਉਹਦੀ ਫੌਜ ਨਾ ਰਲ ਜੂਗੀ ਹਾਂਜੀ ਹਾਂ ਵੀ ਕੁੜਮ ਵੀ ਉਹਦੀ ਫੌਜ ਉਹ ਵੀ ਨਾਲ ਆਜੂਗੀ ਅਤੇ ਫਿਰ ਉਹ ਜਿਹੜਾ ਦਿਆਲ ਚੰਦ ਉਹ ਗੁਰੂ ਸਾਹਿਬ ਦਾ ਮਰੀਦ ਵੀ ਸੀਗਾ ਜੀ ਅਤੇ ਉਹਨੇ ਨਿਉਂ ਤਾਂ ਗੁਰੂ ਸਾਹਿਬ ਨੂੰ ਭੇਜਿਆ ਸੀਗਾ ਵੀ ਮੇਰੀ ਬੇਟੀ ਹਾਂਜੀ ਪਰ ਗੁਰੂ ਸਾਹਿਬ ਨੂੰ ਸੀਗਾ ਪਰ ਇਹਨਾਂ ਨੇ ਦੀਵਾਨ ਅਨੰਦ ਚੰਦ ਦੇ ਕੋਲ 500 ਫੌਜ ਦੇ ਕੇ ਹੋਰ ਸਵਾਦ ਦੇ ਕੇ ਉਹਨਾਂ ਕੋਲ ਭੇਜਤੀ ਸੀ ਪਰ ਉਹਨਾਂ ਦੇ ਘਰ ਤੋਂ ਉਹਨਾਂ ਦੇ ਅੰਦਰ ਨਹੀਂ ਗਏ ਮਤਲਬ ਉਹਨਾਂ ਨੇ ਬਾਹਰੀ ਡੇਰਾ ਲਾ ਲਿਆ ਸੀਗਾ ਫੌਜ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਵੀ ਭੀਮ ਚੰਦ ਜਦੋਂ ਉਹਨਾਂ ਨੇ ਜਾਣਾ ਹੁੰਦਾ ਉਹਨਾਂ ਹੁੰਦਾ ਵੀ ਆਪਾਂ ਰਾਹ ਵਿੱਚ ਹੀ ਵੀ ਗੁਰੂ ਸਾਹਿਬ 'ਤੇ ਹਮਲਾ ਕਰ ਦਿਆਂਗੇ ਅਤੇ ਉਹ ਖਤਮ ਕਰ ਦਿਆਂਗੇ ਪਰ ਜਦੋਂ ਗੁਰੂ ਸਾਹਿਬ ਉਸ ਵਕਤ ਕੀ ਹੁੰਦਾ ਕਿ ਵੀ ਜਿਹੜਾ ਉਹਨਾਂ ਦਾ ਰਾਜਾ ਤੁਸੀਂ ਪੌਣਾ ਸਾਹਿਬ ਦੀ ਗੱਲ ਕੀਤੀ ਨਾ ਹਾਂਜੀ ਅਤੇ ਉੱਥੋਂ ਰਾਜਾ ਉਹ ਗੁਰੂ ਸਾਹਿਬ ਦਾ ਜਿਹੜਾ ਮੇਦਨੀ ਚੰਦ ਹਾਂਜੀ ਉਹ ਗੁਰੂ ਸਾਹਿਬ ਦਾ ਮਰੀਦ ਹੁੰਦਾ ਗੁਰੂ ਸਾਹਿਬ ਜਿਹਨੂੰ ਜਿੰਦਾ ਨਾ ਤਾਂ ਮੇਰੇ ਕੋਲ ਆ ਜਾਓ ਤੁਸੀਂ ਅਤੇ ਗੁਰੂ ਸਾਹਿਬ ਉੱਥੇ ਚਲੇ ਜਾਂਦੇ ਉਹਨਾਂ ਨੂੰ ਪੌਂਟਾ ਸਾਹਿਬ ਜਿਹੜੀ ਜਗ੍ਹਾ ਬੜੀ ਚੰਗੀ ਲੱਗੀ ਬਹੁਤ ਚੰਗੀ ਸਾਹਿਬ ਜੀ ਨੂੰ 3 ਸਾਲ ਉੱਥੇ ਰਹੇ ਫਿਰ ਜੀ ਅਤੇ ਅਨੰਦਪੁਰ ਤੋਂ ਹੋਰ ਜਿਹੜੇ ਸਾਡੇ ਵਿਦਵਾਨ ਸੀਗੇ ਉਹ ਵੀ ਚਲੇ ਗਏ ਨਾਲ ਜੀ ਅਤੇ ਕਵੀ ਵਿਦਵਾਨ ਜੋ ਸੀਗੇ ਉਹ ਵੀ ਨਾਲ ਚਲੇ ਗਏ ਅਤੇ 3 ਸਾਲ ਬੜਾ ਸਿਹਤ ਰਚਿਆ ਅਤੇ ਫਿਰ ਉੱਥੇ ਪੌਂਟਾ ਸਾਹਿਬ ਵੀ ਇੱਕ ਕਿਲ੍ਹਾ ਬਣਾਇਆ ਅਤੇ ਗੁਰੂ ਸਾਹਿਬ ਕੋਲ ਕੁਝ 94 ਸਿੱਖ ਸੀਗੇ ਨਾਲ ਅਤੇ ਕੁਝ ਮੇਦਨੀ ਚਾਂਦੀ ਫੌਜ ਇਕੱਠਿਆਂ ਰਲ ਕੇ ਥੋੜ੍ਹੇ ਦਿਨਾਂ 'ਚ ਕਿਲ੍ਹਾ ਬਣਾਤਾ ਜੀ ਅਤੇ ਉਹ ਜਿਹੜੇ ਦੂਜੇ ਰਾਜੇ ਸੀਗੇ ਉਹ ਆਪਣੀ ਤਿਆਰੀ ਕਰ ਰਹੇ ਸੀਗੇ ਹਮਲਾ ਕਰਨ ਦੀ ਅਤੇ ਉਹ ਜਦੋਂ ਵਿਆਹ ਲਈ ਜਾ ਰਹੇ ਸੀਗੇ ਜਮਨ ਪਾਰ ਕਰਨੀ ਸੀਗੀ ਉਹਨਾਂ ਨੇ ਜਮਨ ਪਾਨ ਕਰਨੀ ਸੀ ਅਤੇ ਉੱਥੇ ਗੁਰੂ ਸਾਹਿਬ ਰਸਤੇ 'ਚ ਆਉਂਦੇ ਸੀਗੇ ਅਤੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਉੱਥੋਂ ਦਿੱਲੀ ਨਹੀਂ ਸਾਡੀ ਸਾਡੀ ਪ੍ਰੋਪਰਟੀ ਹੈਗੀ ਆ ਹਾਂ ਵੀ ਤੁਸੀਂ ਬਰਾਤ ਵਾਂਗੂ ਲੰਘ ਜਾਓ ਤੁਸੀਂ ਫੌਜ ਵਾਂਗੂ ਲੰਘ ਸਕਦੇ ਅਤੇ ਗੁਰੂ ਸਾਹਿਬ ਸਮਝੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਗੁਰੂ ਸਾਹਿਬ ਨੇ ਵੀ ਸਾਡੇ ਹਮਲਾ ਕਰਨਾ ਇਹਨਾਂ ਨੇ ਪਰ ਗੁਰੂ ਸਾਹਿਬ ਕਹਿੰਦੇ ਉਹਨਾਂ ਨੇ ਮਤਲਬ ਕਿ ਵੀ ਸਿਰਫ ਲਾੜਾ ਅਤੇ ਥੋੜ੍ਹੇ ਜਿਹੇ ਨਾਲ ਬਰਾਤੀ ਲੰਘ ਸਕਦੇ ਨੇ ਫੌਜ ਨਹੀਂ ਲੰਘ ਸਕਦੀ ਉੱਥੋਂ ਦੀ ਫਿਰ ਫੌਜ ਜਮਨਾ ਪਾਰ ਕਰਕੇ 2-3 ਦਿਨਾਂ ਬਾਅਦ ਉੱਥੇ ਪਹੁੰਚੀ ਜਦੋਂ ਆਪਣੇ ਫਤਿਹ ਚੰਦ ਦੀ ਲੜਕੀ ਦੀ ਮੈਰਿਜ 'ਤੇ ਗੁਰੂ ਸਾਹਿਬ ਦੇ ਉਹਨਾਂ ਦੇਖੇ ਵੀ ਘੋੜ ਸਵਾਰ ਆਏ ਨੇ ਅਤੇ ਉਹਨਾਂ ਨਾਲ ਕਹਿੰਦਾ ਮੈਂ ਵੀ ਤੁਹਾਡੀ ਲੜਕੀ ਨੂੰ ਮੈਂ ਲੈ ਕੇ ਨਹੀਂ ਜਾਣਾ ਜੀ ਵੀ ਤੁਸੀਂ ਇਹਨਾਂ ਨੂੰ ਕਿਉਂ ਬੁਲਾਇਆ ਜੀ ਅਤੇ ਉਹ ਫਿਰ ਦੀਵਾਨ ਅਨੰਦ ਚੰਦ ਦੀ ਫੌਜ ਲੈ ਕੇ ਆ ਗਿਆ ਗੁਰੂ ਸਾਹਿਬ ਕੋਲ ਅਤੇ ਫਿਰ ਇਹ ਜਿਹੜੀ ਲੜਾਈ ਨਾ ਜਿਹਨੂੰ ਆਪਾਂ ਕਹਿੰਦੇ ਹਾਂ ਆਪਾਂ ਪਹਿਲੀ ਲੜਾਈ ਜਿਹੜੀ ਭੰਗਾਣੀ ਦਾ ਯੁੱਧ ਜੀ ਅਤੇ ਫਿਰ ਗੁਰੂ ਸਾਹਿਬ ਕੋਲ ਲੱਗਾ ਵੀ ਹੁਣ ਜਿਹੜਾ ਯੁੱਧ ਹੈਗਾ ਉਹ ਹੁਣ ਕਰਨਾ ਪੈਣਾ ਜੀ ਅਤੇ ਗੁਰੂ ਸਾਹਿਬ ਨੇ ਕਿਉਂਕਿ ਉਹਨਾਂ ਦੀ ਜਿਹੜੀ ਰਣਨੀਤੀ ਹੁੰਦੀ ਸੀ ਨਾ ਉਹ ਹੁੰਦਾ ਵੀ ਰਨ ਵੀ ਜਦੋਂ ਯੁੱਧ ਹੋਵੇ ਪਰ ਲੋਕਾਂ 'ਤੇ ਇਫੈਕਟ ਨਾ ਹੋਵੇ ਉਹਨਾਂ ਨੇ ਸਿਟੀ ਤੋਂ ਨਾ ਪੌਂਟਾ ਸਾਹਿਬ ਤੋਂ ਭੰਗਾਣੀ ਵੱਲ ਨੂੰ 7-8 ਕਿਲੋਮੀਟਰ ਚੜ੍ਹਦੀ ਵੱਲ ਨੂੰ ਜੀ ਅਤੇ ਉੱਥੇ ਮੋਰਚਾਬੰਦੀ ਕਰ ਲਈ ਮੈਦਾਨ ਚੁਣ ਲਿਆ ਹਾਂਜੀ ਹਾਂਜੀ ਵੀ ਇੱਥੇ ਵੀ ਲੋਕਾਂ 'ਚ ਲੜਾਈ ਨਾ ਵੀ ਫੌਜ 'ਚ ਲੜਾਈ ਰਹੇ ਫੌਜ 'ਚ ਹੀ ਰਹੇ ਅਤੇ ਉਦੋਂ ਫਿਰ ਇਹ 4 ਰਾਜੇ ਜਿਹੜੇ ਇਹਨਾਂ ਨੇ ਇਕੱਠੇ ਹੋ ਕੇ ਹਮਲਾ ਕੀਤਾ ਅਤੇ
ਉਦੋਂ ਜਿਹੜਾ ਪੀਰ ਬੁੱਧੂ ਸਾਹਿਬ ਸੀਗਾ ਜਿਹੜਾ ਉਹ ਵੀ ਗੁਰੂ ਸਾਹਿਬ ਦਾ ਮਰੀਦ ਸੀਗਾ ਜੀ ਅਤੇ ਉਹਨੂੰ ਉਦੋਂ ਔਰੰਗਜ਼ੇਬ ਨੇ 500 ਪਠਾਨ ਜਿਹੜੇ ਆਪਦੀ ਫੌਜ 'ਚੋਂ ਕੱਢਤੇ ਸੀਗੇ ਅੱਛਾ ਅਤੇ ਪੀਰ ਬੁੱਧੂ ਸਾਹਿਬ ਦੇ ਕਹਿਣ 'ਤੇ ਉਹ ਗੁਰੂ ਸਾਹਿਬ ਦੀ ਫੌਜ ਭਰਤੀ ਕਰ ਗਏ ਉਹਨਾਂ ਨੂੰ ਜੀ ਅਤੇ ਗੁਰੂ ਸਾਹਿਬ ਨੇ ਉਹ 500 ਪਠਾਨ ਦਾ 100 ਦਾ 5 ਗਰੁੱਪ ਬਣਾ ਤੇ ਜੀ ਅਤੇ ਫਿਰ ਕੀ ਹੁੰਦਾ ਕਿ ਜਿਹੜਾ ਇਹਦਾ ਭੀਮ ਚੰਦ ਹੈ ਨਾ ਹਾਂਜੀ ਉਹ ਪਠਾਣਾਂ ਨੂੰ ਖਰੀਦ ਲੈਂਦਾ ਰਿਸ਼ਵਤ ਦੇ ਕੇ ਅੱਛਾ ਗੁਰੂ ਸਾਹਿਬ ਤੋਂ ਜਿਹੜੇ 400 ਜਿਹੜੇ ਪਠਾਣ ਹੈਗੇ ਨੇ ਉਹ ਛੱਡ ਜਾਂਦੇ ਨੇ ਇੱਕ ਪਠਾਣ ਰਹਿੰਦੇ ਕਾਲੇ ਖਾਂ ਰਹਿ ਜਾਂਦਾ ਇਕੱਲਾ ਜੀ 100 ਪਠਾਣ ਨਾਲ ਅਤੇ ਬਾਕੀ 4 ਉਹਦੇ ਚਲੇ ਜਾਂਦੇ ਰਲ ਜਾਂਦੇ ਨੇ ਅਤੇ ਫਿਰ ਫਤਿਹ ਜਿਹੜਾ ਫਤਿਹ ਚੰਦ ਦੀ ਫੌਜ ਨਾਲ ਜਾਂਦੀ ਆ ਉੱਧਰ ਰਲਾ ਮਿਲਾ ਕੇ 10,000 ਫੌਜ ਬਣ ਜਾਂਦੀ ਆ ਅਤੇ ਗੁਰੂ ਸਾਹਿਬ ਕੋਲ ਅਤੇ ਆਪਦੀ ਫੌਜ ਸੀਗੀ ਅਤੇ ਬੀਬੀ ਵੀਰੋ ਜੀ ਦੇ 5 ਪੁੱਤ ਸੀਗੇ ਅਤੇ ਪੀਰ ਬੁੱਧੂ ਸਾਹਿਬ 7 ਸਮਰੀ ਲੈ ਕੇ ਪਹੁੰਚ ਗਿਆ ਜੀ ਅਤੇ 4 ਭਰਾ ਨਾ 4 ਪੁੱਤ 2 ਭਰਾ ਨਾਲ ਸੀਗੇ ਇਹ ਗੁਰੂ ਸਾਹਿਬ ਕੋਲ 2,000 ਫੌਜ ਸੀਗੀ ਜੀ ਅਤੇ ਇਹ ਪਹਿਲੀ ਲੜਾਈ ਸੀ ਗੁਰੂ ਸਾਹਿਬ ਦੀ ਭੰਗਾਣੀ ਦਾ ਯੁੱਧ ਭੰਗਾਣੀ ਦਾ ਯੁੱਧ ਹਾਂਜੀ ਜੀ ਇਹ ਤਾਂ ਖੈਰ ਬਹੁਤ ਲੰਬੀ ਕਹਾਣੀ ਜੇ ਤਾਂ ਇਹਦਾ ਪੂਰੇ ਘੰਟਾ ਚਾਹੀਦਾ ਅਤੇ ਡਾਕਟਰ ਸਾਹਿਬ ਜਿਹੜਾ ਭੰਗਾਣੀ ਦੇ ਯੁੱਧ ਤੋਂ ਪਹਿਲਾਂ ਜਿਹੜਾ ਪੌਂਟਾ ਸਾਹਿਬ ਦਾ ਇਤਿਹਾਸ ਦੇ ਜਿਹੜਾ ਰਾਮ ਰਾਏ ਨਾਲ ਮੁਲਾਕਾਤ ਕਦੋਂ ਹੋਈ ਆ ਜਿਹੜੀ ਹਾਂਜੀ ਇਹ ਇੱਥੇ ਪੌਂਟਾ ਸਾਹਿਬ ਹੁੰਦੀ ਆ ਜੀ ਭੰਗਾਣੀ ਦੇ ਯੁੱਧ ਤੋਂ ਪਹਿਲਾਂ ਹੁੰਦੀ ਆ ਭੰਗਾਣੀ ਦੇ ਯੁੱਧ ਤੋਂ ਪਹਿਲਾਂ ਹੁੰਦੀ ਹਾਂਜੀ ਤੁਹਾਡਾ ਅਤੇ ਚਲੋ ਮੈਂ 2 ਮਿੰਟ 'ਤੇ ਦੱਸ ਦਿੰਦਾ ਤੁਹਾਨੂੰ ਜੀ ਅਤੇ ਰਾਜਾ ਆਪਣੇ ਰਾਮ ਰਾਏ ਤੁਹਾਨੂੰ ਪਤਾ ਵੀ ਗੁਰੂ ਘਰ ਤੋਂ ਬੇਮੁੱਖ ਕੀਤਾ ਸੀ ਬੇਮੁੱਖ ਸਾਹਿਬ ਹਾਂਜੀ ਪਰ ਇਹਨਾਂ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਸੀਗਾ ਅਤੇ ਜਮੁਨਾ ਕਿਨਾਰੇ ਦੇਹਰਾਦੂਨ ਉੱਧਰ ਆਪਦਾ ਉਹਨਾਂ ਕੁਟੀਆ ਆਪਦੀ ਬਣਾਇਆ ਸੀਗਾ ਉੱਥੇ ਮਸੰਦ ਤੋਂ ਕਾਫੀ ਦੁਖੀ ਸੀਗਾ ਮਸੰਦ ਇਹਨਾਂ ਦੇ ਘਰ ਵਾਲੀ ਜਾਣਾ ਪੰਜਾਬ ਕੋਲ ਸੀਗਾ ਜੀ ਅਤੇ ਇਹਨਾਂ ਨੂੰ ਗੁਰੂ ਸਾਹਿਬ ਨੂੰ ਪਤਾ ਲੱਗਿਆ ਵੀ ਅਤੇ ਆਪਸ ਮੁਲਾਕਾਤ ਹੁੰਦੀ ਇਹਨਾਂ ਦੀ ਰਾਮ ਰਾਏ ਅਤੇ ਗੁਰੂ ਸਾਹਿਬ ਦੀ ਮੁਲਾਕਾਤ ਹੁੰਦੀ ਆ ਜਮੁਨਾ 'ਚ ਹੁੰਦੀ ਆ ਅਤੇ ਗੁਰੂ ਸਾਹਿਬ ਤੋਂ ਮਾਫ਼ੀ ਮੰਗਦੇ ਨੇ ਅੱਛਾ ਆਪਦੀ ਗਲਤੀ ਅਹਿਸਾਸ ਕਰਦੇ ਨੇ ਦੱਸਦੇ ਵੀ ਮਸੰਦਾਂ ਤੋਂ ਬਹੁਤ ਤੰਗ ਆ ਅਤੇ ਵੀ ਮੇਰੇ ਘਰ ਵਾਲੀ ਪੰਜਾਬ ਕੌਰ ਵੀ ਸੇਫ ਨੇ ਗੀ ਉੱਥੇ ਮੈਂ ਵੀ ਸੇਫ ਨਹੀਂ ਗਾ ਅਤੇ ਵੀ ਉਹ ਵੀ ਤੁਸੀਂ ਖਿਆਲ ਰੱਖਣਾ ਜੇ ਮੈਨੂੰ ਕੁਛ ਹੋ ਗਿਆ ਅੱਛਾ ਅਤੇ ਇੱਕ ਦਿਨ ਹੁੰਦਾ ਕਿ ਰਾਮ ਰਾਏ ਆਪਦੀ ਸਮਾਧੀ ਲੀਨ ਹੁੰਦੇ ਨੇ ਅਤੇ ਮਸੰਦ ਸੋ ਉਹਦਾ ਉਹ ਕਹਿੰਦੇ ਸਾਹ ਚੜਾ ਲੈਂਦੇ ਸੀ ਆਪਦਾ ਕੁਝ ਇੱਦਾਂ ਕਰਦੇ ਸੀ ਸਮਾਧੀ 'ਚ ਅਤੇ ਮਸੰਦਾਂ ਨੇ ਸਮਾਧੀ ਦੇ ਵਿੱਚ ਹੀ ਉੱਪਰ ਤੇਲ ਪਾ ਕੇ ਅੱਗ ਲਾ ਕੇ ਰਾਮ ਰਾਏ ਨੂੰ ਸਾੜਤਾ ਅੱਛਾ ਅਤੇ ਜਦੋਂ ਗੁਰੂ ਗੋਬਿੰਦ ਸਿੰਘ ਪਤਾ ਲੱਗਦਾ ਫਿਰ ਗੁਰੂ ਗੋਬਿੰਦ ਸਿੰਘ ਜੀ ਉੱਥੇ ਜਾਂਦੇ ਨੇ ਅਤੇ ਮਸੰਦਾਂ ਨੂੰ ਫਿਰ ਪੰਜਾਬ ਕੌਰ ਜਦੋਂ ਆਉਂਦੀ ਨਾ ਦੱਸਦੀ ਆ ਕੇ ਗੁਰੂ ਗੋਬਿੰਦ ਸਿੰਘ ਜੀ ਅਤੇ ਫਿਰ ਨਾਲ ਜਾ ਕੇ ਫਿਰ ਉਹ ਮਸੰਦਾਂ ਨੂੰ ਉੱਦਾਂ ਹੀ ਸਾੜਦੇ ਨੇ ਗੁਰੂ ਗੋਬਿੰਦ ਸਿੰਘ ਜਿਹੜੇ ਚੰਗੇ ਮਸੰਦ ਸੀਗੇ ਅਤੇ ਮਾਤਾ ਪੰਜਾਬ ਕੌਰ ਨੂੰ ਉਹਨਾਂ ਦੇ ਘਰ ਵਾਲੇ ਨੂੰ ਉਹਨਾਂ ਦੇ ਡੇਰੇ ਦੀ ਮੁਖੀ ਬਣਾ ਕੇ ਅਤੇ ਕੁਝ ਮਸੰਦ ਉਹਨਾਂ ਦੀ ਸੇਵਾ ਚਲਾ ਜਾਂਦੇ ਨੇ ਅਤੇ ਉਹ ਡੇਰਾ ਉਹਦੇ ਚੱਲਦਾ ਰਹਿੰਦਾ ਫਿਰ ਗੁਰੂ ਸਾਹਿਬ ਆ ਜਾਂਦੇ ਨੇ ਜੀ ਜੀ ਅਤੇ ਫਿਰ ਜੀ ਭੰਗਾਣੀ ਦਾ ਯੁੱਧ ਹੈਗਾ ਨਾ ਜੀ ਉਸ ਤੋਂ ਬਾਅਦ ਫਿਰ ਭੰਗਾਣੀ ਦਾ ਯੁੱਧ ਹੈਗਾ ਜਿਹੜਾ ਹੈਗਾ ਜੀ ਇਹ ਹੁੰਦਾ ਹੈਗਾ ਪੀਰ ਬੁੱਧੂ ਸ਼ਾਹ ਨਾਲ ਮੁਲਾਕਾਤ ਵੀ ਉਹ ਤੋਂ ਭੰਗਾਣੀ ਦੇ ਯੁੱਧ ਤੋਂ ਪਹਿਲਾਂ ਹਾਂਜੀ ਉਹਨਾਂ ਦੇ ਮਰੀਦ ਉਹ ਪਹਿਲਾਂ ਤੋਂ ਹੀ ਚੱਲਦੇ ਆਏ ਸੀਗੇ ਮਰੀਦ ਅਤੇ ਜਿਹੜੇ ਡਾਕਟਰ ਸਾਹਿਬ ਕਹਿੰਦੇ ਵੀ ਪੀਰ ਬੁੱਧੂ ਸ਼ਾਹ ਦੇ ਜਿਹੜੇ ਉਹਨਾਂ ਦਾ ਆਪਣਾ ਪਰਿਵਾਰ ਵੀ ਉਹ ਭੰਗਾਣੀ ਦੇ ਯੁੱਧ ਵਿੱਚ ਹੀ ਜਿਹੜਾ ਸ਼ਹੀਦ ਹੋਇਆ ਹੈ ਉਹਨਾਂ ਦੇ ਬੱਚੇ ਹਾਂਜੀ ਉਹਨਾਂ ਦੇ 4 ਬੱਚੇ ਸੀਗੇ 2 ਭਰਾ ਸੀਗੇ ਮੁਰੀਦ ਵੀ ਉਹਨਾਂ ਦੇ ਹੋਏ ਨਾ ਹਾਂਜੀ 700 ਮੁਰੀਦ ਲੈ ਕੇ ਆਏ ਨੇ ਨਾਲ ਜੀ ਜਦੋਂ ਪਤਾ ਲੱਗਿਆ ਵੀ ਪਠਾਨ ਛੱਡ ਕੇ ਛੱਡ ਗਏ 400 ਪਠਾਨ ਅਤੇ ਇਹਨਾਂ ਦੇ 2 ਪੁੱਤ ਸ਼ਹੀਦ ਹੋਏ ਨੇ 2 ਭਰਾ ਸ਼ਹੀਦ ਹੋਏ ਨੇ ਅਤੇ ਇਸ ਭੰਗਾਣੀ ਦੇ ਯੁੱਧ ਦੇ ਵਿੱਚ ਡਾਕਟਰ ਸਾਹਿਬ ਇਹ ਵੀ ਜ਼ਿਕਰ ਆਉਂਦਾ ਕਿ ਜਿਹੜੇ ਨਿਰਮਲੇ ਸੀਗੇ ਨਿਰਮਲਿਆਂ ਦਾ ਇੱਕ ਉਹ ਸੋਟੇ ਦੇ ਨਾਲ ਵੀ ਲੜੇ ਉਹ ਕਿਹਨਾਂ ਦਾ ਉਹਨਾਂ ਦਾ ਜ਼ਿਕਰ ਵੀ ਆਉਂਦਾ ਹੈ ਹਾਂ ਇਹਦੇ ਵਿੱਚ ਜਿਹੜੇ ਨਿਰਮਲੇ ਵੀ ਗੁਰੂ ਸਾਹਿਬ ਜੀ ਨੇ ਕਾਂਸੀ ਫੜਨ ਭੇਜੇ ਸੀਗੇ ਚਿੱਟੇ ਕੱਪੜੇ ਪਾ ਕੇ ਚਲੇ ਗਏ ਸੀਗੇ ਜੀ ਅਤੇ ਉਹ ਕਹਿੰਦੇ ਵੀ ਜੋ ਉਹਨਾਂ ਦੇ ਮਰਿਆਦਾ ਉਹਦੇ ਮੁਤਾਬਕ ਤੁਸੀਂ ਪੜ੍ਹੋ ਅਤੇ ਉਹ ਆਪਣੇ ਚਿੱਟੇ ਉਹ ਨਿਰਮਲੇ ਕਹਿੰਦੇ ਸੀ ਆਪਣੇ ਆਪ ਨੂੰ ਅੱਛਾ ਅਤੇ ਕਿਉਂਕਿ ਗੁਰੂ ਸਾਹਿਬ ਕੋਲ ਤਾਂ ਡਾਂਗ ਸੋਟਣ ਵਾਲੇ ਸੀਗੇ ਸਾਰੇ ਤੀਰ ਕਮਾਨਾਂ ਸੀਗੀਆਂ ਥੋੜੀ ਘੜੀਆਂ ਅਤੇ ਉਹ ਤਾਂ ਇੱਕ ਲੁਹਾਰ ਕੁਝ ਉਹ ਚੰਬ ਦੀਆਂ ਧੁੱਪ ਬਣਾ ਕੇ ਵੀ ਲਾਇਆ ਸੀਗਾ ਅੱਛਾ ਉੱਥੇ ਕੰਮ ਆਈਆਂ ਅੱਜ ਅਖਬਾਰ ਚੱਲਦੀਆਂ ਸੀਗੀਆਂ ਅਤੇ ਇਹ ਤਾਂ ਹੁਣ ਸਾਰੇ ਹੈਂਡਮੇਡ ਹੀ ਸਟੂਲ ਇਹਨਾਂ ਕੋਲ ਇੰਸਟਰੂਮੈਂਟ ਸੀਗੇ ਜੀ ਜੀ ਅਤੇ ਇਹਨਾਂ ਕੋਲ ਤਾਂ ਕੋਈ ਜਿਹੜੀ ਲੜਾਈ ਹੈ ਨਾ ਲੜਾਈ ਲੜਨ ਨੂੰ ਤਾਂ ਹੌਸਲਾ ਚਾਹੀਦਾ ਹਾਂਜੀ ਅਤੇ ਲੜਾਈ ਤਾਂ ਹਥਿਆਰਬਾਦ ਦੀ ਗੱਲ ਹੈ ਹਾਂਜੀ ਅਤੇ ਗੁਰੂ ਸਾਹਿਬ ਕੋਲ 2,000 ਦੀ ਫੌਜ ਇਕੱਠੀ ਹੋ ਗਈ ਸੀ ਆਲਮੋਸਟ ਅਤੇ ਦੂਜੇ 4 ਰਾਜਾਂ ਕੋਲ ਸੀਗੀ ਅਤੇ ਉਹ ਸੀਗੀ 10,000 ਦੀ ਫੌਜ ਜੀ ਇਹ ਪਹਿਲੀ ਲੜਾਈ ਹੁੰਦੀ ਆ ਅਤੇ ਲੜਾਈ ਦੇ ਵਿੱਚ ਅਤੇ ਜਿਹੜੇ ਪਠਾਨ ਆ ਜਿਹੜੇ 400 ਜਿਹੜੇ ਉਹ ਖਰੀਦੇ ਸੀਗੇ ਉਹ ਪਠਾਨ ਭੱਜ ਚੱਲੇ ਅੱਛਾ ਲੜਾਈ ਦੇ ਵਿੱਚੋਂ ਹੀ ਵਿੱਚੋਂ ਹੀ ਹਾਂ ਛੱਡ ਕੇ ਭੱਜ ਗਏ
ਅਤੇ ਫਿਰ ਮੁਗਲ ਫਤਿਹ ਜੰਗ ਦੀ ਫੌਜ ਸੀਗੀ ਉਹ ਵੀ ਛੱਡ ਕੇ ਭੱਜ ਗਈ, ਇੱਦਾਂ ਭੱਜਣ ਲੱਗੇ ਅਤੇ ਫਿਰ ਉਹਦੇ ਕਾਫੀ ਜਿਹੜੇ ਜਰਨੈਲ ਮਾਰੇ ਗਏ ਵਿੱਚ ਇਹਨਾਂ ਦੇ ਜਿਹੜੇ ਪਹਾੜੀ ਰਾਜਿਆਂ ਦੇ, ਉਹ ਜਿਹੜਾ ਸਾਰੀ ਭੱਜ ਗਏ ਹੌਲੀ ਹੌਲੀ ਅਤੇ ਮਜ਼ਾ ਇਹਨਾਂ ਕੋਲ ਰਹਿ ਗਿਆ। ਪਰ ਨੁਕਸਾਨ ਤਾਂ ਕਾਫੀ ਹੋਇਆ ਕਿਉਂਕਿ ਲੜਾਈ ਹੋਈ ਪੂਰੀ ਜੀ ਜੀ, ਅਤੇ ਉਹਨਾਂ ਦੇ ਵੀ ਕਾਫੀ ਸੂਰਮੇ ਮਾਰੇ ਗਏ ਜੀ ਜੀ। ਅਤੇ ਇਹ ਇਹ ਪਹਿਲੀ ਲੜਾਈ ਸੀਗੀ ਜੀ, ਅਤੇ ਪਹਿਲੀ ਲੜਾਈ ਵਿੱਚ ਸਿੱਖਾਂ 'ਚ ਇੰਨੀ ਆਤਮਤਾ ਆਈ ਨਾ, ਇੰਨਾ ਆਤਮਵਿਸ਼ਵਾਸ ਹੋ ਗਿਆ। ਇਹ ਲੜਾਈ ਜਿਹੜੀ 1634 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੀ ਚੌਥੀ ਲੜਾਈ ਕਰਤਾਰਪੁਰ ਦੀ ਚੌਥੀ ਲੜਾਈ ਸੀਗੀ 1634 'ਚ ਲੜੀ ਗਈ ਸੀ ਉਹ ਜੀ। 1634 ਤੋਂ ਬਾਅਦ ਜਿਹੜਾ ਫੌਜੀਕਰਨ ਖਤਮ ਹੋ ਗਿਆ ਸੀ ਆਲਮੋਸਟ ਜੀ, ਅਤੇ 52 ਸਾਲ ਕੋਈ ਲੜਾਈ ਨਹੀਂ ਕੀਤੀ, ਕੋਈ ਲੜਾਈ ਨਹੀਂ। ਅਤੇ 52 ਸਾਲਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀ ਗੱਲ ਨਵੇਂ ਸਿਰਿਓਂ ਜੀ ਸ਼ੁਰੂ ਕੀਤੀ। ਹਾਂ, ਜਿਹੜਾ ਮੁੱਢ ਸੀਗਾ ਗੁਰੂ ਹਰਗੋਬਿੰਦ ਸਾਹਿਬ, ਪਰ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਜਦੋਂ ਆਪਾਂ ਇਹ ਜਿਹੜਾ 52 ਸਾਲ ਦੇ ਸਮੇਂ ਦੇ ਵਿੱਚ ਗੁਰੂ ਸਾਹਿਬਾਂ ਦੇ ਕੋਲ ਫੌਜਾਂ ਤਾਂ ਰਹੀਆਂ, ਕਿਉਂਕਿ ਗੁਰੂ ਹਰ ਰਾਏ ਪਾਤਸ਼ਾਹ ਉਹਨਾਂ ਦੇ ਕੋਲ ਵੀ ਫੌਜ ਹੁੰਦੀ, ਉਹਨਾਂ ਕੋਲ ਸੀਗੇ 2000 ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕੋਲ ਲੜਾਈ ਨਹੀਂ ਕੋਈ ਹੋਈ, ਲੜਾਈ ਨਹੀਂ ਹੋਈ, ਪਰ ਫੌਜਾਂ ਸੀਗੀਆਂ ਨਾ, ਫੌਜਾਂ ਸੀਗੀਆਂ ਪਰ ਲੜਾਈ ਨਹੀਂ ਹੋਈ। ਅਤੇ ਪਰ ਕਿਉਂਕਿ ਉਹ ਕੋਈ ਜੰਗੀ ਅਭਿਆਸ ਨਹੀਂ ਸੀ ਕੀਤਾ ਉਹਨਾਂ ਨੇ, ਜੰਗੀ ਅਭਿਆਸ ਵੀ ਨਹੀਂ ਸੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਇਹ ਅਕਾਲ ਤਖਤ ਦੇ ਰੂਪ ਵਿੱਚ ਜੀ ਅਤੇ ਇੱਕ ਭਗਤੀ ਦੀ ਸ਼ਕਤੀ ਨੂੰ ਇਕੱਠੀ ਕਰ ਗਏ ਸੀਗੇ ਜੀ, ਇੱਕ ਸੰਤ ਸਿਪਾਹੀ ਦਾ ਕੰਸੈਪਟ ਦੇ ਗਏ ਸੀਗੇ ਜੀ, ਸਿੱਖੀ ਦਾ ਕੰਸੈਪਟ ਇੱਕ ਆ ਗਿਆ ਸੀਗਾ, ਠੀਕ ਆ। ਅਤੇ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਸੋ ਜਿਹੜਾ ਇੱਕ 52 ਸਾਲ ਦਾ ਇਤਿਹਾਸ ਇਹ ਕਹਿੰਦਾ ਕਿ ਸਿੱਖ ਨੂੰ ਹਰ ਸਮੇਂ ਤਿਆਰ ਬਰ ਤਿਆਰ ਸ਼ਸਤਰਧਾਰੀ ਅਤੇ ਫੌਜਧਾਰੀ ਰਹਿਣਾ ਜ਼ਰੂਰੀ ਹੈ, ਲੜਨਾ ਵੀ ਇਹ ਤਾਂ ਲੜੇ ਨਾ ਤਾਂ ਉਦੋਂ ਹੀ ਹੈ ਜਦੋਂ ਲੋੜ ਪੈਣੀ ਆ, ਜਿੱਦਾਂ ਇਤਿਹਾਸ ਦੇ ਵਿੱਚ ਤੁਸੀਂ ਦੱਸਿਆ ਕਿ 52 ਸਾਲ ਲੜਨ ਦੀ ਲੋੜ ਹੀ ਨਹੀਂ ਪਈ। ਹਾਂਜੀ, ਪਰ ਗੁਰੂ ਸਾਹਿਬ ਨੇ ਲੜਾਈ ਕੋਈ ਲੜੀ ਨਹੀਂ ਆਪ ਤਾਂ ਕਿਤੇ ਕੋਈ, ਕਿਉਂਕਿ ਇਹ ਲੜਾਈ ਨਾ ਲੜਾਈ ਕਾਹਦੀ ਹੁੰਦੀ ਆ, ਜ਼ਮੀਨ ਦੀ ਲੜਾਈ ਹੁੰਦੀ ਆ, ਜਾਇਦਾਦ ਦੀ ਹੁੰਦੀ ਆ, ਔਰਤ ਲਈ ਹੁੰਦੀ ਆ, ਹਾਂਜੀ, ਇਹ ਤਾਂ ਕੁਝ ਹੈ ਹੀ ਨਹੀਂ, ਲੜਾਈ ਹੱਕ ਦੀਆਂ ਲੜਾਈਆਂ ਰਹੀਆਂ। ਇਹ ਗੁਰੂ ਸਾਹਿਬ ਤੇ ਲੜਦੇ ਸੀਗੇ, ਕਹਿੰਦੇ ਉਹ ਜ਼ੁਲਮ ਕਰਦੇ ਨੇ ਤੇ ਅਸੀਂ ਜ਼ੁਲਮ ਦੇ ਵਿਰੋਧ ਆ, ਆਹ ਲੜਾਈ ਸੀਗੀ। ਤੇ ਇਸ ਤੋਂ ਬਾਅਦ ਡਾਕਟਰ ਸਾਹਿਬ ਜਿਹੜੀ ਲੜਾਈ ਨੰਦੌਣ ਦਾ ਜੰਗ ਵੀ ਹੋਈ ਆ ਤੇ ਉਹਦੇ ਵਿੱਚ ਤੇ ਭੰਗਾਣੀ ਵਿੱਚ ਉਹਦਾ ਕੰਫਲਿਕਟ ਕੀ ਸੀਗਾ? ਦੇਖੋ, ਇਹ ਲੜਾਈ ਹੋਈ ਆ ਨਦੌਣ ਦੀ ਲੜਾਈ 1699 'ਚ ਜੀ, ਤੇ ਫਿਰ 3 ਸਾਲ ਰਿਹਾ। ਹਾਂਜੀ, ਅਤੇ ਫਿਰ 1686 ਵਿੱਚ ਅਜੀਤ ਸਿੰਘ ਆਫਟਰ ਭੰਗਾਣੀ ਜੁੱਤ ਤੋਂ ਬਾਅਦ ਅਜੀਤ ਸਾਹਿਬਜ਼ਾਦਾ ਅਜੀਤ ਸਿੰਘ ਦੀ ਜਨਮ ਹੁੰਦਾ, ਅਤੇ ਗੁਰੂ ਸਾਹਿਬ ਉਦੋਂ ਜਿੱਤ ਕੇ ਆਏ ਨੇ ਅਤੇ ਉਹਦਾ ਅਜੀਤ ਸਿੰਘ ਵੀ ਜਿਹਨੇ ਕੋਈ ਜਿੱਤ ਨਾ ਸਕੇ ਅਤੇ ਗੁਰੂ ਸਾਹਿਬ ਜੀ ਨੇ ਉਹ ਨਾਂ ਅਜੀਤ ਸਿੰਘ ਰੱਖਿਆ, ਨਾਮ ਅਜੀਤ ਰੱਖਿਆ ਭੰਗਾਣੀ ਦੀ ਜੁੱਤ ਤੋਂ ਬਾਅਦ ਜੀ। ਫਿਰ ਕਿਉਂ 1699 ਦੇ ਵਿੱਚ, ਅਤੇ ਕਿਉਂਕਿ ਜਿਹੜਾ ਔਰੰਗਜ਼ੇਬ ਸੀਗਾ ਨਾ, ਇਹ ਜ਼ਿੰਦਗੀ ਤੇ 25 ਸਾਲ ਜਿਹੜੇ ਆਖਰੀ ਦੱਖਣ 'ਚ ਹੀ ਉਲਝਿਆ ਰਿਹਾ, ਦੱਖਣ 'ਚ ਕਦੇ ਕਿਤੇ ਬਗਾਵਤ ਹੋ ਗਈ, ਕਦੇ ਕਿਤੇ ਬਗਾਵਤ ਹੋ ਗਈ, ਬਗਾਵਤ ਸੰਭਾਲਦਾ ਰਿਹਾ ਅਤੇ ਇਹਨਾਂ ਦੇ ਜਿਹੜੀ ਇਕੋਨਮੀ ਹਾਲ ਜਿਹੜੀ ਆਰਥਿਕ ਖਰਾਬ ਹੋ ਗਈ ਅਤੇ ਫੌਜ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਗਏ ਜੀ। ਅਤੇ ਫਿਰ ਇਹ ਔਰੰਗਜ਼ੇਬ ਚਿੱਠੀਆਂ ਪਾਉਂਦਾ ਇਹਨਾਂ ਨੂੰ, ਦਿੱਲੀ ਸੂਬੇਦਾਰਾਂ ਨੂੰ, ਤੁਸੀਂ ਜਿਹੜੇ ਆਪਣੇ ਈਨ ਵਾਲੇ ਰਾਜੇ ਨੇ, ਸਾਰੇ ਪਹਾੜੀ ਰਾਜੇ ਨੇ, ਉਹ ਸਾਰੇ, ਹਾਂ, ਉਹਨਾਂ ਦਾ ਟੈਕਸ ਵਸੂਲੀ ਕਰੋ ਜੀ, ਠੀਕ ਹੈ। ਔਰ ਫਿਰ ਇਹ ਜਿਹੜਾ ਨਦੌਣ ਦੀ ਲੜਾਈ ਹੈ ਨਾ, ਅਤੇ ਫਿਰ ਕਾਲੇ ਖਾਂ ਨੂੰ ਇਹ ਹੁੰਦਾ ਆਪਣੇ ਲਾਹੌਰ ਦਾ ਸੂਬੇਦਾਰ, ਇਹਨੂੰ ਕਹਿੰਦੇ ਵੀ ਤੁਸੀਂ ਉਹਨਾਂ 'ਤੇ ਜਾ ਕੇ ਟੈਕਸ ਵਸੂਲ ਕਰੋ ਪਹਾੜੀ ਰਾਜਾ ਤੋਂ। ਅਤੇ ਕਾਲੇ ਖਾਂ ਨੇ ਆਉਂਦਿਆਂ ਨਹੀਂ, ਇਹਨੇ 2 ਪਹਾੜੀ ਰਾਜੇ ਸੀਗੇ ਅਤੇ ਕਿਰਪਾਲ ਚੰਦ ਅਤੇ ਇੱਕ ਹੋਰ ਸੀਗਾ, ਅਤੇ ਉਹਨੂੰ ਈਨ ਬਣਾ ਲਈ, ਆਪਦੇ ਨਾਲ ਲਾ ਲਏ ਜੀ। ਅਤੇ ਦੂਜੇ ਪਾਸੇ ਜਿਹੜਾ ਭੀਮ ਚੰਦ ਸੀਗਾ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨਾਲ ਜਿਹੜਾ ਲੜਿਆ ਸੀਗਾ, ਅਤੇ ਉਹ 7 ਰਾਜ ਉਹ ਇਕੱਠੇ ਹੋ ਗਏ ਅਤੇ ਉਹਨਾਂ ਨੇ ਗੁਰੂ ਸਾਹਿਬ ਤੋਂ ਮਦਦ ਮੰਗੀ ਜੀ। ਅਤੇ ਗੁਰੂ ਸਾਹਿਬ ਨੇ ਉਹਨਾਂ ਦੀ ਮਦਦ ਦੇਣੀ ਉਹਨਾਂ ਨੂੰ ਮੰਨ ਲਈ। ਅੱਛਾ, ਅਤੇ ਇਹ ਇੱਕ ਲੜਾਈ 'ਤੇ ਫਿਰ ਗੁਰੂ ਸਾਹਿਬ ਜਿੱਥੇ ਖੜ੍ਹ ਗਏ ਅਤੇ ਉਹ ਤਾਂ ਫਿਰ ਉਹ ਦੂਜੇ ਕਾਲੇ ਖਾਂ ਅਤੇ ਜਿਹੜੇ ਦੂਜੇ ਕਿਰਪਾਲ ਚੰਦ ਸੀਗਾ ਅਤੇ ਨਾਲ ਹੋਰ ਜੋ ਰਾਜੇ ਸੀਗੇ ਉਹ ਰਾਤੋਂ ਰਾਤ ਹੀ ਭੱਜ ਗਏ, ਇੱਕ ਦਿਨ ਲੜ ਕੇ ਰਾਤੋਂ ਰਾਤ, ਚਲੋ ਲੜਾਈ ਛੇਤੀ ਖਤਮ, ਅਗਲੇ ਦਿਨ ਤਾਂ ਹੈ ਹੀ ਕੋਈ ਨਹੀਂ ਸੀ ਮੈਦਾਨ ਖਾਲੀ, ਨਦੌਣ ਦੀ ਜਿਹੜੀ ਜੰਗ ਇੱਕ ਦਿਨ 'ਚ ਖਤਮ ਉਹ। ਹਾਂਜੀ, ਉਹ ਤਾਂ ਲੜਾਈ ਇੱਕ ਦਿਨ 'ਚ ਹੁੰਦੀਆਂ ਸੀਗੀਆਂ ਉਦੋਂ ਇੰਨੀਆਂ ਲੜਾਈਆਂ, ਕਿਉਂਕਿ ਉਦੋਂ ਫਿਜ਼ੀਕਲ ਲੜਨਾ, ਕਿਰਪਾਲ ਨਾਲ ਲੜਨਾ ਕਿੰਨਾ ਕੁ ਲੜ, ਅਤੇ ਉਦੋਂ ਇੱਦਾਂ ਹੀ ਹੁੰਦਾ, ਇੱਕ ਦੋ ਲੜੀ ਹੁੰਦੀ ਸੀਗੀ, ਲੜਨਾ ਹੋ ਜਾਂਦਾ ਸੀਗਾ।
ਜਦੋਂ ਜੇ ਰਾਜਾ ਮਾਰਿਆ ਗਿਆ ਤੁਹਾਡਾ ਫੌਜਦਾਰ ਮਾਰਿਆ ਗਿਆ ਬਾਕੀ ਫਿਰ ਭੱਜ ਜਾਂਦੇ ਸਾਰੇ ਛੱਡਦੇ ਨੇ ਆ ਇਦਾਂ ਦੀ ਹਾਲ ਸੀਗੀ ਜੀ ਸੋ